ਪੰਜਾਬ ਸਰਕਾਰ ਸੂਬੇ ਵਿੱਚ ਸਭ ਤੋਂ ਪਹਿਲਾਂ ਲਗਾਏ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੀਆਂ ਤਿਆਰੀਆਂ ਵਿੱਚ ਹੈ, ਕਿਉਂਕਿ ਇਸ ਤੋਂ ਬਿਜਲੀ ਦਾ ਉਤਪਾਦਨ ਕਰਨਾ ਸਭ ਤੋਂ ਮਹਿੰਗਾ ਪੈਂਦਾ ਹੈ। ਸਰਕਾਰ ਨੇ 2-3 ਸਾਲ ਪਹਿਲਾਂ 760 ਕਰੋੜ ਰੁਪਏ ਖਰਚ ਕੇ ਇਸ ਦਾ ਨਵੀਨੀਕਰਨ ਕੀਤਾ ਸੀ, ਪਰ ਸੂਬੇ ਵਿੱਚ ਬਿਜਲੀ ਸਰਪਲਸ ਹੋਣ ਦੇ ਕਰਕੇ ਇਸ ਨੂੰ ਜ਼ਿਆਦਾ ਸਮਾਂ ਬੰਦ ਹੀ ਰੱਖਿਆ ਜਾਂਦਾ ਹੈ। ਇਸ ਨੂੰ ਬੰਦ ਕਰਨ ਦੇ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਹੋਰ ਪਲਾਂਟਾਂ ਵਿੱਚ ਬਦਲਾਉਣਾ ਪਵੇਗਾ ਅਤੇ ਠੇਕੇ ਦੇ ਰੱਖੇ ਗਏ ਸਟਾਫ ਦੀ ਛਾਂਟੀ ਕਰਨੀ ਪਵੇਗੀ। ਸੂਤਰਾਂ ਅਨੁਸਾਰ ਸੂਬੇ ਦੇ ਦੂਜੇ ਥਰਮਲ ਪਲਾਂਟ ਮੁਕਾਬਲੇ ਬਠਿੰਡਾ ਥਰਮਲ ਤੋਂ ਬਿਜਲੀ ਸਭ ਤੋਂ ਮਹਿੰਗੀ ਪੈਂਦੀ ਹੈ। ਇਸ ਦੇ ਲਈ ਇਸ ਨੂੰ ਬੰਦ ਕਰਕੇ ਸੋਲਰ ਪਲਾਂਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵੇਲੇ ਬਠਿੰਡਾ ਥਰਮਲ ਪਲਾਂਟ ਤੋਂ ਤਕਰੀਬਨ 7.5 ਰੁਪਏ ਪ੍ਰਤੀ ਯੂਨਿਟ ਪੈਂਦਾ ਹੈ, ਜਦਕਿ ਦੂਜੇ ਦੋਵਾਂ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਤੋਂ ਬਿਜਲੀ ਤਕਰੀਬਨ 5.25 ਅਤੇ 5.84 ਰੁਪਏ ਪ੍ਰਤੀ ਯੂਨਿਟ ਹੀ ਮਿਲਦੀ ਹੈ।